ਸਰਕਾਰੀ ਹੈਲਥ ਵਰਕਰਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਹੜਤਾਲ ਲਗਾਤਾਰ ਜਾਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਕੁਝ ਨਹੀਂ ਕੀਤਾ ਜਾ ਰਿਹਾ ਜਿਸ ਸਬੰਧ ਵਿੱਚ ਉਹਨਾਂ ਵਰਕਰਾਂ ਵੱਲੋਂ ਸਰਕਾਰ ਖਿਲਾਫ ਕਾਫੀ ਰੋਸ ਜਤਾਇਆ ਜਾ ਰਿਹਾ ਹੈ ਜਿਸ ਸੰਬੰਧੀ ਉਹਨਾਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਹੈਲਥ ਵਰਕਰਾਂ ਦੇ 6ਵੇਂ ਪੇ ਕਮਿਸ਼ਨ ਦੇ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਏ ਅਤੇ ਕੱਚੇ ਹੈਲਥ ਵਰਕਰਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਏ। ਇਸ ਮੌਕੇ ਉਹਨਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਹੀਂ ਕਰੇਗੀ ਤਾਂ ਉਹਨਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਏਗਾ। ਜਦੋਂ ਵੀ ਪੇ ਕਮਿਸ਼ਨ ਨਵਾਂ ਬਣਦਾ ਵਾ ਉਹਦੇ ਵਿੱਚ ਸਭ ਕੁਝ ਅਸੈਸ ਕੀਤਾ ਜਾਂਦਾ ਵੀ ਮਹਿੰਗਾਈ ਕਿੰਨੀ ਵਧ ਗਈ ਹੈ ਤੇ ਮੁਲਾਜ਼ਮਾਂ ਦੀ ਕ੍ਰੈਡੀਬਿਲਟੀ ਦੇਖੀ ਜਾਂਦੀ ਹੈ ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਸੈਲਰੀ ਇਨਹਾਂਸ ਕੀਤੀ ਜਾਂਦੀ ਆ ਤੁਸੀਂ ਜੇ ਡਾਕਟਰਸ ਦੀ ਗੱਲ ਕਰੋ ਤੇ ਉਹਨਾਂ ਨੂੰ 25% ਜਿਹੜਾ ਆਪਣਾ ਐਨਪੀਏ ਮਿਲਦਾ ਸੀ ਨਾਨ ਪ੍ਰੈਕਟਿਸ ਅਲਾਉਂਸ ਜਿਹੜਾ ਉਹਨਾਂ ਦੀ ਸੈਲਰੀ ਦਾ ਪਾਰਟ ਸੀ ਉਹ ਉਹਦੇ ਉੱਤੇ ਉਹਨਾਂ ਨੂੰ ਸਭ ਕੁਝ ਜਿਹੜੇ ਅਗੋ ਜਿਹੜੇ ਅਲਾਉਂਸਸ ਵਗੈਰਾ ਮਿਲਦੇ ਸੀ ਉਹਨਾਂ ਨੂੰ ਦੇਖੋ ਜਿਹੜਾ ਆਪਣਾ ਐਨਪੀਏ 25% ਤੋਂ 20% ਕਰ ਦਿੱਤਾ ਤੇ ਡੀ ਲਿੰਕ ਕਰ ਦਿੱਤਾ ਜਿਹਦੇ ਨਾਲ ਏਟਲੀਸਟ ਹਰ ਡਾਕਟਰ ਨੂੰ ਜਿਹੜਾ 15 15 20 20 ਹਜ਼ਾਰ ਦਾ ਲਾਸ ਹੋਏਗਾ ਜਿਹਦੇ ਕਾਰਨ ਉਹ ਸਿੰਬੋਲਿਕ ਸਟ੍ਰਾਈਕ ਤੇ ਆ ਇਤਨਾ ਜਿਹੜੇ ਸਾਡੇ ਪੈਰਾ ਮੈਡੀਕਲ ਸਟਾਫ ਹੈ ਉਹਨਾਂ ਨੂੰ ਵੀ ਬੜਾ ਜ਼ਿਆਦਾ ਧੱਕਾ ਆ ਤੁਸੀਂ ਦੇਖੋ ਜਿੱਦਾਂ ਏ ਕਲਾਸ ਦੇ ਸੀ ਉਹਨਾਂ ਨੂੰ 30% ਦਿੰਦੇ ਸੀ ਐਗਜ਼ਿਸਟਿੰਗ ਹਾਊਸ ਐ ਸੀ ਕਲਾਸ ਦਾ 12.5% ਸੀ 10 ਘੜਤਾ ਡੀ ਕਲਾਸ ਦਾ 10 ਸੀ ਤੇ 8 ਘੜਤਾ ਇੱਕ ਆਪਣੇ ਜਿਹੜੇ ਪੈਰਾमेडिकल ਆਫ ਸਟਾਫੀਆਂ ਦੂਜੇ ਜਿਹੜੇ ਅਮਰਜੈਂਸੀ ਸਰਵਿਸਿਜ਼ ਕਰਦੇ ਸੀ ਉਹਦੇ ਵਾਸਤੇ ਨੂੰ 5% ਰੈਂਟ ਫਰੀ ਅਕਮੋਡੇਸ਼ਨ ਮਿਲਦੀ ਸੀ ਉਹ ਵੀ ਬੰਦ ਕਰਤੀ ਯਾਨੀ ਅਮਰਜੈਂਸੀ ਸਰਵਿਸਿਜ਼ ਨਾ ਕਰਨ ਉਸ ਤੋਂ ਇਲਾਵਾ ਤੁਸੀਂ ਇਹ ਦੇਖੋਗੇ ਸਿਵਲ ਹਸਪੀਟਲ ਦੇ ਵਿੱਚ ਸਾਡੇ ਰੇਡੀਓਲੋਜਿਸਟ ਨਹੀਂ ਆ ਸਾਡੇ ईएनटी ਦਾ ਡਾਕਟਰ ਨਹੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਤੇ ਸਾਡੇ ਤੇ ਸਕਿਨ ਦਾ ਡਾਕਟਰ ਨਹੀਂ ਤੇ ਜਦੋਂ ਇਹ ਜੀ ਕੰਡੀਸ਼ਨਜ਼ ਰਹਿਣਗੀਆਂ ਕਿ ਕੋਈ ਡਾਕਟਰ ਕਿਉਂ ਜੁਆਇਨ ਕਰੇਗਾ ਵੇਖੋ ਇਹ ਕੰਬਾਈਨਡ ਐਸੋਸੀਏਸ਼ਨ ਦੀਆਂ ਸਾਰੇ ਦੀ ਸਟ੍ਰਾਈਕ ਚੱਲੀ ਆ ਜੋ ਉਪਰੋਂ ਡਾਇਰੈਕਸ਼ਨ ਆਉਂਦੀਆਂ ਉਹਨੂੰ ਇਹ ਫਾਲੋ ਕਰਕੇ ਕਰੀ ਜਾਂਦੇ ਆ ਸਰਕਾਰ ਨੇ ਨਾ ਇਹ 6ਵੇਂ ਪੇ ਕਮਿਸ਼ਨ 'ਚ ਬਹੁਤ ਧੱਕਾ ਕੀਤਾ ਪੇ ਵਧਾਣ ਦੀ ਥਾਂ ਦੇ ਪੇ ਘਟਾਤੀ ਆ ਪਹਿਲਾਂ ਐਨਪੀਏ ਹੁੰਦਾ ਸੀ 33% 33 ਤੋਂ ਘਟਾ ਕੇ ਨਾ 25 ਕਰਤਾ ਤੇ 25% ਤੋਂ ਹੁਣ 20 ਕਰਤਾ ਤੇ ਉਹ ਤਣਾ ਹੋਰ ਧੱਕਾ ਕੀਤਾ ਵੀ ਜਿਹੜਾ 20% ਆ ਉਹ ਬੇਸਿਕ ਦੇ ਵਿੱਚ ਇਨਕਲੂਡ ਹੀ ਨਹੀਂ ਕਰਨਾ ਅੱਗੇ ਹੁੰਦਾ ਸੀ 25% ਇਨਕਲੂਡ ਹੋ ਗਏ ਤੇ ਬਾਕੀ ਭੱਤੇ ਲੱਗਦੇ ਹੀ ਇਹਨਾਂ ਨੇ ਉਹਨੂੰ ਉਹਦੇ ਵਿੱਚੋਂ ਕੱਢਦਾ ਜਿੱਦ ਨਾਲ 20-25 ਹਜ਼ਾਰ ਰੁਪਏ ਦੇਖਾ ਘਟ ਜਾਣੀਆਂ ਇਦਾਂ ਹੀ ਹੋਰ ਲੌਂਗਸ ਬਾਰੇ ਘਟਾਉਂਦੇ ਆ ਜਦੋਂ ਦੀ ਸਰਕਾਰ ਆਈ ਕੋਈ ਇਹਨਾਂ ਡੀਏ ਨਹੀਂ ਦਿੱਤਾ ਜੇ ਸਾਡਾ ਡੀਏ ਦੇਈ ਜਾਂਦੇ ਨਾ ਇਹ ਤੇ ਹੁਣ ਵੀ ਪੇ ਇਥੋਂ ਨਾਲ ਜ਼ਿਆਦਾ ਵੱਜ ਜਾਣੀ ਹੈ ਡੀਏ ਇਹਨਾਂ ਨੇ ਕੋਈ ਨਹੀਂ ਦਿੱਤਾ ਨਾ ਉਹ ਸੇ ਇਹਨਾਂ ਨੇ ਘਟਾਉਂਦੇ ਐਨਪੀ ਇਹਨਾਂ ਨੇ ਘਟਾਤਾ ਤੇ ਫਿਰ ਕੀਤਾ ਕਿ ਪੇ ਕਮਿਸ਼ਨ ਦੇਣ ਦਾ ਫਾਇਦਾ ਕੀ ਆ ਇਸ ਕਰਕੇ ਮੁਲਾਜ਼ਮਾਂ 'ਚ ਭਾਰੀ ਰੋਸ ਆ ਮੈਡੀਕਲ ਹੈਲਥ ਸਰਵਿਸਿਜ਼ ਦੇ ਡਾਕਟਰਸ ਔਰ ਸਟਾਫ ਵੱਲੋਂ ਪਿਛਲੇ ਸ਼ਨੀਵਾਰ ਤੋਂ ਸਟ੍ਰਾਈਕ ਚੱਲ ਰਹੀ ਹੈ 6th ਪੇ ਕਮਿਸ਼ਨ ਨੂੰ ਲੈ ਕੇ ਕਾਫੀ ਰੋਸ ਹੈ ਕਿ ਇਹਨਾਂ ਨੂੰ ਬੰਦੇ ਹੱਕ ਨਹੀਂ ਦਿੱਤੇ ਜਾ ਰਹੇ ਲੋਕੀ ਪਰੇਸ਼ਾਨ ਹਨ ਐਮਰਜੈਂਸੀ ਸਰਵਿਸਿਜ਼ ਤੇ ਚੱਲ ਰਹੀਆਂ ਹਨ ਬਸ ਪਾਕੀ OPD ਟੋਟਲ ਬੰਦ ਹੈ ਸ਼ਾਇਦ ਜਲਦੀ ਕੋਈ ਸਮਾਧਾਨ ਨਿਕਲ ਸਕੇ ਇਸ ਚੀਜ਼ ਦਾ ਕੈਮਰ ਪਰਸਨ ਅਜੇ ਕੁਮਾਰ ਨਾਲ ਜੀਪੀਸੀ ਫਾਸਟ ਨਿਊਜ਼ ਅੰਮ੍ਰਿਤਸਰ